अज हालात बदल गए हैं। एको हालात होंगे सी जदों इतने कब्जे की राजनीति होंगी सी, हिस्सा पाउण की राजनीति होंगी सी। चेयरमैन नियुक्त किया गया, अज वालों संभाला गया। गर्ग सर पहला तो बहुत बहुत मुबारक। थैंक यू मैडम। और सब तो पहला तो मैं सरदार भोगन सिंह मान का शुक्रिया अदा करना चाहवांगा जिन्होंने मैं एड्डी वड्डी जिम्मेवारी दिती हैगी है और पूरी शिद्दत दे नाल लबावांगे। जिवें तुसीं कहा जिम्मेवारी काफी वड्डी है, की कुछ तुसीं कोई रोड मैप कोई प्लान तैयार किया होया है कि किदां डेवलपमेंट दे वल लैके जाणा है? देखो मैडम, जिथों तक इंडस्ट्री का संबंध हैगा तो थानू जान के हैरानगी होएगी, जिहड़ा 32% पंजाब का रुजगार हैगा वो इंडस्ट्री ने पैदा किया होया हैगा और मीडियम इंडस्ट्री उस बहुत वड्डा रोल अदा करती हैगी है। और अज हालात बदल गए हैं। एको हालात होंगे सी जदों इत्थे कब्जे की राजनीति होंदी सी, हिस्सा पाउण की राजनीति होंदी सी, डर की राजनीति होंदी सी जदों इत्थों इंडस्ट्री वापस जा रही सी। अज वो माहौल बिल्कुल ठीक हो गया, पंजाब का माहौल ठीक है। ना केवल इत्थे जिहड़ी इंडस्ट्री साडे कोल हैगी है वह ग्रो करेगी, बल्कि जिहड़ी नवीं इंडस्ट्री हैगी है, जिस तरीके नाल पिछले दिन असीं इनवैसट पंजाब करवाया जिस तकरीबन 2200-2300 जिहड़े इनवैसटर सी उन्होंने इच्छा जाहर की कि पंजाब च तकरीबन 42-43 हज़ार करोड़ रुपये की इनवैसटमेंट जिहड़ी है वो आएगी, जिदे 2.5 लाख नौजवानों रुजगार मिलेगा। सो मेरे कहने का मतलब है संभावनावां बहुत ने और संभावनावां दे उत्ते काम करन दी जरूरत हैगी है और मान साहब की अगवाई दे विच उन्हां दे दिशा निर्देशों के जिवें वो कहणगे उस तरीके नाल असीं माहौल बिल्कुल बनावांगे और पंजाब दे विच रुजगार भी देंगे और जिहड़ा हैगा पंजाब च इंडस्ट्री भी लैके आवांगे। तरीके दीआं सहूलतां जिहड़ा इंडस्ट्रियलिस्ट नूं दे रहे हां, इंडस्ट्रियलिस्ट नूं की चाहिए? सब तो पहला तो जिथे वो पैसा ला रहा है कि उहदा पैसा सेफ हैगा, दूजा वो पैसे तो की वह कुछ कमाई कर सकता हैगा? तो नैचुरली है जो सारा माहौल इत्थे हैगा और रुजगार इत्थे लोग नौजवानों नूं चाहिदा हैगा तो असीं मतलब कोई कसर बाकी नहीं छड्डांगे, इंडस्ट्री जिहड़ी नवीं इत्थे आवे। ਲੱਗਦਾ ਕਿਦਾਂ ਦੀ ਇੰਡਸਟਰੀ ਦੀ ਪੰਜਾਬ ਦੇ ਵਿੱਚ ਰਿਕੁਆਇਰਮੈਂਟ ਹੈਗੀ ਹੈ ਜਿਸ ਦੇ ਨਾਲ ਪੰਜਾਬ ਜਿਹੜਾ ਗਰੋ ਕਰ ਸਕਦਾ, ਪੰਜਾਬ ਦੇ ਨੌਜਵਾਨ ਪੰਜਾਬ ਛੱਡ ਕੇ ਬਾਹਰ ਨਹੀਂ ਜਾਣਗੇ? ਦੇਖੋ ਮੈਡਮ, ਪੰਜਾਬ ਦੇ ਵਿੱਚ ਖਾਸ ਕਰਕੇ ਜੇ ਮੈਂ ਐਗਰੀਕਲਚਰ ਬੇਸਡ ਇੰਡਸਟਰੀ ਦੀ ਗੱਲ ਕਰਾਂ ਉਹਦੀਆਂ ਸੰਭਾਵਨਾਵਾਂ ਬਹੁਤ ਨੇ। ਸਾਡੀ ਜਿਹੜੀ ਆਰਥਿਕਤਾ ਹੈਗੀ ਹੈ ਐਗਰੀਕਲਚਰ ਦੇ ਉੱਤੇ ਬੇਸਡ ਹੈਗੀ ਹੈ ਜਾਂ ਇੰਡਸਟਰੀ ਦੇ ਉੱਤੇ ਬੇਸਡ ਹੈਗੀ ਹੈ? ਹੁਣ ਜੇ ਮੈਂ ਗੱਲ ਕਰਾਂ ਪੰਜਾਬ ਨੂੰ ਅਸੀਂ 3 ਹਿੱਸਿਆਂ 'ਚ ਵੰਡ ਸਕਦੇ ਹਾਂ। ਬੋਹਰ ਵਾਲੀ ਸਾਈਡ 'ਤੇ ਲਾਈਕ ਕਿਨੂ ਵਗੈਰਾ ਹੁੰਦੇ ਆ, ਜਲੰਧਰ ਵਾਲੀ ਸਾਈਡ ਜੇ ਅਸੀਂ ਗੱਲ ਕਰੀਏ ਉੱਥੇ ਤੁਸੀਂ ਦੇਖੋਗੇ ਆਲੂ ਵਗੈਰਾ ਦੀ ਜਿਹੜੀ ਕਿ ਹੈਗਾ, ਹੁਸ਼ਿਆਰਪੁਰ ਵਾਲੀ ਸਾਈਡ 'ਤੇ ਹਾਰਟੀਕਲਚਰ ਹੈਗਾ, ਜੇ ਅਸੀਂ ਬਠਿੰਡੇ ਵਾਲੀ ਸਾਈਡ ਦੀ ਗੱਲ ਕਰੀਏ ਨਰਮੇ ਦੀ ਪੱਟੀ ਹੈਗੀ ਹੈ। ਸੋ ਮੇਰਾ ਕਹਿਣ ਦਾ ਮਤਲਬ ਜੇ ਇਹਨਾਂ ਨਾਲ ਰਿਲੇਟਡ ਕੋਈ ਇੰਡਸਟਰੀ ਅਸੀਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਰੁਜ਼ਗਾਰ ਜ਼ਿਆਦਾ ਪੈਦਾ ਹੋਏਗਾ ਔਰ ਖੇਤੀਬਾੜੀ ਨੂੰ ਵੀ ਜਿਹੜਾ ਹੈਗਾ ਉਸ ਦੇ ਵਿੱਚ ਸਹਿਯੋਗ ਮਿਲੇਗਾ। ਔਰ ਸੈਕੰਡਲੀ ਅਸੀਂ ਜਿਹੜਾ ਅੱਜ ਪਾਣੀ ਅਤੇ ਵਾਤਾਵਰਨ ਦੇ ਨਾਲ ਜਿਹੜਾ ਹੈਗਾ 2-4 ਹੱਥ ਕਰਨੇ ਪੈ ਰਹੇ ਹੈਗੇ ਆ ਅਤੇ ਉਹਦੇ ਨਾਲ ਡਾਈਵਰਸੀਫਿਕੇਸ਼ਨ ਦੇ ਵਿੱਚ ਵੀ ਫਾਇਦਾ ਹੋਏਗਾ। ਸੋ ਮੈਂ ਇਹ ਸਮਝਦਾ ਕਿ ਇੰਡਸਟਰੀ ਇੱਕ ਵੱਡਾ ਰੋਲ ਉਸ ਦੇ ਵਿੱਚ ਪਲੇ ਕਰ ਸਕਦੀ ਹੈ। ਮਤਲਬ ਅਗਰ ਐਗਰੀਕਲਚਰ ਇੰਡਸਟਰੀ ਆਉਂਦੀ ਹੈ ਤਾਂ ਲੱਗਦਾ ਕਿ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਬੰਦ ਹੋ ਜਾਏਗਾ, ਕਿਸਾਨ ਖੁਸ਼ਹਾਲ ਹੋ ਜਾਣਗੇ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਸੀ ਪਰ ਲਗਾਤਾਰ ਕਿਸਾਨਾਂ ਦੀ ਹਾਲਤ ਅਸੀਂ ਦੇਖ ਰਹੇ ਹਾਂ, ਚਾਹੇ ਫਿਰ ਉਹ ਫਿਲਹਾਲ ਤਾਂ ਕੁਦਰਤ ਦੀ ਮਾਰ ਹੀ ਐਸੀ ਪਈ ਹੈ ਕਿ ਕਿਸਾਨ ਜਿਹੜਾ ਨਿਰਾਸ਼ ਨਜ਼ਰ ਆ ਰਿਹਾ। ਨਹੀਂ ਮੈਡਮ, ਕਿਸਾਨਾਂ ਨੂੰ ਤੁਸੀਂ ਦੇਖੋ ਪਿਛਲੇ 1 ਸਾਲ ਦੇ ਉੱਤੇ ਜੇ, ਹਾਲਾਂਕਿ ਸਾਡੀ ਸਰਕਾਰ ਨੇ ਹਰ ਇੱਕ ਖੇਤਰ 'ਚ ਪੂਰਾ ਵਧੀਆ ਕੰਮ ਕੀਤਾ ਹੈ, ਪਰ ਜੇ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਖਾਸ ਕਰਕੇ ਤੁਸੀਂ ਦੇਖੋ ਅਸੀਂ ਮੂੰਗੀ ਦੇ ਉੱਤੇ ਜਿਹੜਾ ਹੈਗਾ MSP ਦਿੱਤਾ ਪਹਿਲੀ ਵਾਰੀ ਹੋਇਆ, ਅਸੀਂ ਸਿੱਧੀ ਬਿਜਾਈ ਦੀ ਗੱਲ ਕੀਤੀ 1500 ਰੁਪਈਆ ਜਿਹੜਾ ਹੈਗਾ ਅਸੀਂ ਸਨਮਾਨ ਭੱਤਾ ਦਿੱਤਾ ਪਹਿਲੀ ਵਾਰੀ ਹੋਇਆ, ਪਿਛਲੇ 3 ਦਹਾਕਿਆਂ ਦੇ ਵਿੱਚ ਕਦੇ ਗੰਨੇ ਦਾ ਜਿਹੜਾ ਹੈਗਾ ਪੂਰਾ ਬਕਾਇਆ ਨਹੀਂ ਦਿੱਤਾ ਜਾਂਦਾ ਹੈਗਾ ਸੀ, ਇਸ ਕਰਕੇ ਲੋਕ ਗੰਨਾ ਘੱਟ ਬੀਜਣਾ ਸ਼ੁਰੂ ਕਰ ਗਏ ਸੀ, ਅਸੀਂ ਪੂਰਾ ਬਕਾਇਆ ਉਹ ਦਿੱਤਾ, ਇਹ ਪਹਿਲੀ ਵਾਰੀ ਹੋਇਆ। ਔਰ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਪਰਾਲੀ ਦਾ ਇੱਕ ਵੱਡਾ ਮੁੱਦਾ ਹੈਗਾ ਸੀ ਉਸ ਨੂੰ ਹੱਲ ਕਰਨ ਵਾਸਤੇ ਮਸ਼ੀਨਾਂ ਜਿਹੜੀਆਂ ਜ਼ਰੂਰੀ ਮਸ਼ੀਨਰੀ ਜਿਹੜੀ ਆ ਉਹ ਦਿੱਤੀ, ਇਹ ਇੱਕ ਵੱਡਾ ਕੰਮ ਹੈਗਾ। ਔਰ ਹੁਣ ਤੁਸੀਂ ਦੇਖੋ ਅੱਜ ਸਾਡਾ ਗਵਾਂਢੀ ਸੂਬਾ ਹੈਗਾ ਹਰਿਆਣਾ, ਨੁਕਸਾਨ ਉੱਥੇ ਵੀ ਬਾਰਿਸ਼ ਨਾਲ ਹੋਇਆ, ਨੁਕਸਾਨ ਪੰਜਾਬ 'ਚ ਵੀ ਬਾਰਿਸ਼ ਨਾਲ ਹੋਇਆ, ਉੱਥੇ ਹਾਲੇ ਗੁਰਦਾਵਰੀ ਦਾ ਮੁੱਢ ਵੀ ਨਹੀਂ ਵੱਜਾ ਔਰ ਉਹ ਜਿਹੜੇ ਹੈਗੇ ਆਪਣੇ ਇੱਕ ਪੋਰਟਲ ਦੇ ਥਰੂ ਸਾਰਾ ਕੁਝ ਦੇ ਰਹੇ, ਨਾ ਪੋਰਟਲ ਚੱਲਦਾ ਹੈਗਾ, ਜਦਕਿ 13 ਅਪ੍ਰੈਲ ਨੂੰ ਅਬੋਹਰ ਤੋਂ ਮਾਨ ਸਾਹਿਬ ਜਿਹੜੇ ਹੈਗੇ ਆ ਕਿਸਾਨਾਂ ਦਾ ਜਿਹੜਾ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰਨ ਜਾ ਰਹੇ ਹੈਗੇ ਆ। ਸੋ ਇਸ ਟਾਈਮ ਜਿਹੜਾ ਹੈ ਕਿਸਾਨਾਂ ਦੇ ਪੱਖੀ ਇਹ ਸਰਕਾਰ ਹੈਗੀ ਹੈ, ਵਪਾਰੀਆਂ ਦੇ ਪੱਖੀ ਸਰਕਾਰ ਹੈਗੀ ਹੈ, ਮੁਲਾਜ਼ਮਾਂ ਦੇ ਪੱਖੀ ਸਰਕਾਰ ਹੈਗੀ ਹੈ। ਉਮੀਦ ਕਰਦੇ ਆ ਕਿ ਨਵੇਂ ਚੇਅਰਮੈਨ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਨਵਾਂ ਵਿਕਾਸ ਆਏਗਾ, ਨਵੀਂ ਡਿਵੈਲਪਮੈਂਟ ਹੋਏਗੀ। ਕੋਸ਼ਿਸ਼ ਕਰਾਂਗੇ ਜੀ। ਬਿਲਕੁਲ ਨੀਲ ਗਰਗ ਸਾਡੇ ਨਾਲ ਸੀ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਵੀਂ ਇੰਡਸਟਰੀ ਵੀ ਲਿਆਂਦੀ ਜਾਏਗੀ, ਖਾਸ ਕਰਕੇ ਐਗਰੀਕਲਚਰ ਨੂੰ ਲੈ ਕੇ ਤਾਂ ਜੋ ਖੇਤੀਬਾੜੀ ਨੂੰ ਪ੍ਰਫੁੱਲਿਤ ਕੀਤਾ ਜਾਏ, ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਸੀ ਉੱਥੇ ਕਿਸਾਨ ਜਿਹੜੇ ਖੁਸ਼ਹਾਲ ਹੋ ਸਕਣ। ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਸ਼ਾਲੂ ਮਰੋਕ, ਚੰਡੀਗੜ੍ਹ।